ਬੇਸ਼ੱਕ ਅਸੀਂ 15 ਅਗਸਤ ਨੂੰ 72ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਹੇ ਹਾਂ, ਇਸੇ ਦੌਰਾਨ ਪਾਕਿਸਤਾਨ ਨਾਲ ਭਾਰਤ ਦੀਆਂ 3 ਜੰਗਾਂ ਵੀ ਹੋਈਆਂ। 1962, 65 ਅਤੇ 71 ਇਹਨਾਂ ਲੜਾਈਆਂ ਦੌਰਾਨ ਭਾਰਤ ਦੇ ਕੋਈ 55 ਫੌਜੀਆਂ ਨੂੰ ਪਾਕਿਸਤਾਨ ਵੱਲੋਂ ਜੰਗੀ ਕੈਦੀ ਬਣਾ ਲਿਆ ਗਿਆ ਸੀ। ਉਹਨਾਂ ਵਿੱਚੋਂ ਅੱਜ ਵੀ ਬਰਨਾਲਾ ਜ਼ਿਲ੍ਹੇ ਦੇ ਸਿਪਾਹੀ ਲਾਲ ਸਿੰਘ, ਬਠਿੰਡਾ ਜ਼ਿਲ੍ਹੇ ਦੇ ਧਰਮਪਾਲ ਸਿੰਘ ਹਨ, ਜੋ ਇਸ ਸਮੇਂ ਅੱਧੀ ਸਦੀ ਬੀਤਣ ਤੋਂ ਬਾਅਦ ਵੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਸੜ ਰਹੇ ਹਨ। ਉਹਨਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੈਨਿਕ ਵਿੰਗ ਨੇ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਭੇਜਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਵਿੰਗ ਦੇ ਨੈਸ਼ਨਲ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਰਿਵਾਰਾਂ ਲਈ ਤਾਂ ਅਸਲ ਆਜ਼ਾਦੀ ਉਸ ਦਿਨ ਹੋਵੇਗੀ ਜਿਸ ਦਿਨ ਉਹਨਾਂ ਦੇ ਵੀਰ ਸੈਨਿਕ ਘਰ ਵਾਪਸ ਆਉਣਗੇ। ਅੱਜ ਅਸੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ, ਕਿਉਂਕਿ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਸਿਪਾਹੀ ਲਾਲ ਸਿੰਘ ਜੋ ਕਰਮਗੜ ਵਿਲੇਜ ਦੇ ਨੇ, ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਨੇ, ਨਜ਼ਰਬੰਦ ਨੇ। 1965 ਤੋਂ 1965 ਦੀ ਲੜਾਈ ਦੇ ਪ੍ਰਿਜਨਰ ਆਫ ਵਾਰ ਨੇ। ਇਵੇਂ ਜਿਵੇਂ ਲਹਿਰੇ ਤੋਂ ਸਾਡੇ ਹੌਲਦਾਰ ਧਰਮਪਾਲ, ਉਹਨਾਂ ਦਾ ਵੀ ਪਰਿਵਾਰ ਮੇਰੇ ਨਾਲ ਆਇਆ ਹੋਇਆ, ਉਹ ਵੀ ਪਾਕਿਸਤਾਨ ਜੇਲ੍ਹ ਦੇ ਵਿੱਚ ਬੰਦ ਹੈ। ਇਸੇ ਤਰ੍ਹਾਂ ਤਕਰੀਬਨ 55 ਪ੍ਰਿਜਨਰ ਆਫ ਵਾਰ ਜਿਹੜੇ ਹੈਗੇ, 65, 72, 65, 71 ਅਤੇ 62 ਦੀ ਲੜਾਈ ਦੇ ਜਿਹੜੇ ਪ੍ਰਿਜਨਰ ਆਫ ਵਾਰ ਫੌਜੀ ਨੇ, ਉਹ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਛੱਡ ਰਹੇ ਨੇ। ਔਰ ਦੂਸਰਾ ਜਿਹੜਾ ਸਾਡੇ ਕਮਾਂਡਰ ਯਾਦਵ, ਜਿਨ੍ਹਾਂ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਮੌਤ ਦੀ ਸਜ਼ਾ ਤੋਂ ਮਾਫ਼ ਕਰਵਾਇਆ ਪਾਕਿਸਤਾਨ ਤੋਂ, ਉਹਨਾਂ ਦੀ ਮੰਗ ਬਾਰੇ ਵੀ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਮੰਗ ਪੱਤਰ ਭੇਜਿਆ ਰਾਸ਼ਟਰਪਤੀ ਦੇ ਥਰੂ ਡਿਪਟੀ ਕਮਿਸ਼ਨਰ ਬਰਨਾਲਾ, ਕਿ ਜਿਹੜੇ ਇਹ ਫੌਜੀ ਨੇ, ਇਹ ਤਕਰੀਬਨ 70 ਸਾਲ ਤੋਂ ਉੱਪਰ ਦੀ ਉਮਰ ਦੇ ਨੇ, ਅਤੇ ਅੱਜ ਅਸੀਂ ਹਿੰਦੁਸਤਾਨ ਜਿਹੜਾ ਇੰਡੀਪੈਂਡੈਂਸ ਡੇ ਮਨਾ ਰਿਹਾ ਕੱਲ੍ਹ ਨੂੰ, ਅਤੇ ਜੇਕਰ ਕੋਈ ਸਿੰਸੀਅਰ ਐਫਰਟਸ ਕੀਤੇ ਜਾਣ ਉਹਨਾਂ ਨੂੰ ਛੁਡਾ ਕੇ ਪਾਕਿਸਤਾਨ ਦੀਆਂ ਜੇਲ੍ਹਾਂ 'ਚੋਂ ਉਹਨਾਂ ਦੇ ਵਾਰਸਾਂ ਕੋਲ ਉਹਨਾਂ ਨੂੰ ਭੇਜਿਆ ਜਾਵੇ, ਤਾਂ ਮੇਰਾ ਖਿਆਲ ਹੈ ਵੀ ਇਹ ਸਾਰਿਆਂ ਨਾਲੋਂ ਵੱਡਾ ਤੋਹਫ਼ਾ ਉਹਨਾਂ ਵਾਸਤੇ ਹੋਵੇਗਾ ਆਜ਼ਾਦੀ ਦਿਵਸ ਦਾ। ਔਰ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਇਹ ਲੋਕ ਜਿਹੜੇ ਪ੍ਰਿਜਨਰ ਆਫ ਵਾਰ ਨੇ, ਇਹਨਾਂ ਦੇ ਪਰਿਵਾਰਾਂ ਨੂੰ, ਇਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਕੋਈ ਵੀ ਸਰਕਾਰੀ ਸਹਾਇਤਾ ਨਹੀਂ ਦਿੱਤੀ ਗਈ, ਇਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਸੋ ਮੇਰੀ ਸਰਕਾਰ ਤੋਂ ਇਹ ਵੀ ਮੰਗ ਹੈ ਕਿ ਇਹਨਾਂ ਦੇ ਬੱਚਿਆਂ ਨੂੰ ਵੀ ਨੌਕਰੀ ਦਿੱਤੀ ਜਾਵੇ। ਮੇਰੇ ਖਿਆਲ 'ਚ ਜੀ, ਇਹ ਜਿਹੜਾ 370 ਸੀ, ਇਹਦੇ ਨਾਲ ਦੇਸ਼ ਦੇ ਵਿੱਚ ਯੂਨੀਫਾਰਮਿਟੀ ਆਊਗੀ। ਇਹ ਵਧੀਆ ਸਟੈਪ ਹੈ ਕੇਂਦਰ ਸਰਕਾਰ ਦਾ, ਇਹਦੇ ਉੱਤੇ ਰਾਜਨੀਤੀ ਹੋ ਰਹੀ ਸੀ ਅਤੇ ਇਹ ਬਹੁਤ ਹੀ ਵਧੀਆ ਹੈ। ਔਰ ਮੈਂ ਤਾਂ ਇਸ ਪੱਖੋਂ ਦੇਖਦਾ ਕਿ ਸਾਡੇ ਜਿਹੜੇ ਫੌਜੀ ਵੀਰ ਸੀ, ਇਹ ਰਾਜਨੀਤੀਵਾਨਾਂ ਦੀ ਭੇਂਟ ਚੜ੍ਹ ਰਹੇ ਸੀ, ਉਹਨਾਂ ਦੀਆਂ ਜਿਹੜੀਆਂ ਸੋਚ ਸੀ ਦੇਸ਼ ਨੂੰ ਵੰਡ ਕੇ ਰੱਖਣ ਦੀ, ਰਾਜ ਕਰਨ ਦੀ, ਉਹ ਸਾਰੀ ਮੇਰਾ ਖਿਆਲ ਖਤਮ ਹੋਜੂ। ਅਤੇ ਹੁਣ ਜਿਹੜੇ ਮੇਰੇ ਵੀਰ ਰੋਜ਼ ਦੇਸ਼ ਦੀਆਂ ਸਰਹੱਦਾਂ 'ਤੇ ਪਾਕਿਸਤਾਨ ਦੀਆਂ ਮਾੜੀਆਂ ਨੀਤੀਆਂ ਕਾਰਨ ਸ਼ਹੀਦ ਹੋ ਰਹੇ ਸਨ, ਉਹਨਾਂ ਦੀ ਸ਼ਹੀਦੀ ਟਲ ਜਾਏਗੀ ਔਰ ਹੁਣ ਜਿਹੜਾ ਉੱਥੇ ਸ਼ਾਂਤੀ ਆਊਗੀ। ਔਰ ਮੈਂ ਕਹਿੰਦਾ ਵੀ ਇਹ ਬਹੁਤ ਵੱਡਾ ਇਤਿਹਾਸਿਕ ਫੈਸਲਾ ਮੋਦੀ ਸਰਕਾਰ ਦਾ, ਔਰ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ। ਮੇਰੇ ਪਿਤਾ ਸਿਪਾਹੀ ਲਾਲ ਸਿੰਘ 1965 ਦੀ ਜੰਗ ਦੇ ਵਿੱਚ ਲਾਪਤਾ ਹੋਏ ਸੀ। ਜੇ ਅਸੀਂ ਸਾਨੂੰ ਸ਼ੁਰੂ ਤੋਂ ਹੀ ਉਹਨਾਂ ਦਾ ਸ਼ੱਕ ਸੀ ਵੀ, ਪਹਿਲਾਂ ਸਾਨੂੰ ਗੁੰਮ ਦਾ ਲੈਟਰ ਮਿਲਿਆ ਅਤੇ 2 ਮਹੀਨੇ ਬਾਅਦ ਸਾਨੂੰ ਉਹਦੇ ਵੀ ਸਾਡੇ ਡੈਡੀ ਸ਼ਹੀਦ ਹੋ ਗਏ। ਅਤੇ ਉਦੋਂ ਬਾਅਦ ਸਾਨੂੰ ਸ਼ੱਕ ਰਹੀ, ਸਾਨੂੰ ਉਹਨਾਂ ਦਾ ਕੋਈ ਸਮਾਨ ਜਾਂ ਉਹਨਾਂ ਦਾ ਕੁਛ ਹੀ ਸਾਨੂੰ ਪਰੂਫ ਨਹੀਂ ਮਿਲਿਆ ਹੋਰ, ਵੀ ਸਾਨੂੰ ਪੈਨਸ਼ਨ ਜ਼ਰੂਰ ਮਿਲਣ ਲੱਗੀ ਸੀਗੀ। ਤੋਂ 2013 ਦੇ ਵਿੱਚ ਸਾਨੂੰ ਸਤੀਸ਼ ਕੁਮਾਰ ਫਿਰੋਜ਼ਪੁਰ ਤੋਂ ਸਾਨੂੰ ਪਤਾ ਲੱਗਿਆ ਵੀ ਸਾਡਾ ਤੁਹਾਡੇ ਡੈਡੀ ਸਾਡੇ ਨਾਲ 4 ਸਾਲ ਜੇਲ੍ਹ ਦੇ ਵਿੱਚ ਬੰਦ ਰਹੇ ਨੇ ਅਟਕਦੇ ਕਿਲੇ ਦੇ ਵਿੱਚ ਪਾਕਿਸਤਾਨ 'ਚ, ਅਤੇ ਉਹਨਾਂ ਨੇ ਸਾਨੂੰ ਐਫੀਡੈਟ ਬਣਾ ਦਿੱਤਾ। ਉਹਦੇ ਆਧਾਰ 'ਤੇ ਅਸੀਂ ਹੁਣ ਕੇਸ ਵੀ ਲੜ ਰਹੇ ਹਾਂ ਵੀ ਸਾਨੂੰ ਉਮੀਦ ਆ ਵੀ ਗੌਰਮੈਂਟ ਇਹਦੇ ਬਾਰੇ ਸੋਚੂ। ਹੁਣ ਸਾਨੂੰ ਇਹ ਉਮੀਦ ਹੈ ਵੀ ਸਾਨੂੰ ਉਹਨਾਂ ਨੂੰ ਛੁਡਾ ਕੇ ਸਾਡੇ ਹਵਾ ਸਾਨੂੰ ਮਿਲਾਇਆ ਜਾਵੇ। ਸਹੂਲਤਾਂ ਮਿਲੀਆਂ ਸਰਕਾਰ? ਸਹੂਲਤ ਸਾਨੂੰ ਓਨਲੀ ਫਾਰ ਪੈਨਸ਼ਨ ਮਿਲੇ, ਸਾਡੀ ਜ਼ਮੀਨ ਮਿਲੀ ਸੀ ਉਹ ਵੀ ਸਾਡੀ ਦੱਬੀ ਗਈ,
15 ਅਗਸਤ ਨੂੰ ਅਸੀਂ ਤਾਂ ਇਹ ਮੰਨਦੇ ਸਾਡੇ ਮਾਂ ਪਿਓ ਪਿਤਾ ਜੀ ਨੂੰ ਵਾਪਸ ਲਿਆਂਦਾ ਜਾਵੇ, ਜਿੰਨੇ ਵੀ ਹੋਰ ਸ਼ਹੀਦ ਨੇ ਕੈਦੀ ਨੇ ਉਹਨੂੰ ਵਾਪਸ ਲਿਆ, ਅਸੀਂ ਤਾਂ ਫਿਰ ਉਹਨੂੰ ਮੰਨਾਂਗੇ। ਮੇਰੇ ਪਿਤਾ ਜੀ ਸੀਗੇ ਹੌਲਦਾਰ ਧਰਮਪਾਲ ਸਿੰਘ ਜੀ, ਜਿਹੜੇ 1971 ਤੋਂ ਲਾਪਤਾ ਨੇ, ਅਤੇ ਪਿਛਲੇ 4-5 ਸਾਲਾਂ ਤੋਂ ਸਾਨੂੰ ਇਹ ਪਤਾ ਲੱਗਿਆ ਵੀ ਉਹ ਪਾਕਿਸਤਾਨ ਦੀ ਜੇਲ੍ਹ 'ਚ ਕੈਦ ਨੇ ਅਤੇ ਜਿੰਦਾ ਨੇ ਅਤੇ ਸਹੀ ਸਲਾਮਤ ਨੇ। ਉਹ ਤੋਂ ਆਉਣ ਤੋਂ ਅਸੀਂ ਭੱਜ ਦੌੜ ਕਰ ਰਹੇ ਹਾਂ। ਪਿਛਲੇ ਆਪਣੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਨੇ, ਉਹਨਾਂ ਨਾਲ ਵੀ ਅਸੀਂ ਮਿਲ ਕੇ ਆਏ ਹਾਂ, ਉਹ ਵੀ ਕਹਿੰਦੇ ਵੀ ਹੈਲਪ ਕਰਾਂਗੇ, ਬਟ ਹਜੇ ਤੱਕ ਕੋਈ ਸਰਕਾਰ ਦਾ ਕਿ ਸਕਾਰਮਕ ਕਦਮ ਨਹੀਂ ਕੋਈ ਆਇਆ ਇੱਦਾਂ ਦਾ ਬਣਿਆ ਜੀ ਵੀ ਜਿਹਦੇ ਨਾਲ ਸਾਨੂੰ ਥੋੜ੍ਹੀ ਜਿਹੀ ਆਸ ਵਧੇ। ਪਰ ਹੁਣ ਆਇਆ ਵੀ ਜਿਸ ਤਰ੍ਹਾਂ ਮੋਦੀ ਸਰਕਾਰ ਹੈ, ਕੋਈ ਵੱਡੇ ਤੋਂ ਵੱਡੇ ਫੈਸਲੇ ਲੈ ਰਹੀ ਹੈ, ਅਸੀਂ ਚਾਹੁੰਦੇ ਵੀ ਇਹ ਵੀ ਇੱਕ ਫੈਸਲਾ ਲਿਆ ਜਾਵੇ ਵੀ ਜਿੰਨੇ ਵੀ ਪ੍ਰਿਜ਼ਨਰ ਹਵਾਰ ਹੈ ਜੋ ਵੀ ਹੈ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ, ਤਾਂ ਜੋ ਜਿਹੜੇ ਇਹ ਆਪਣਾ 72ਵੇਂ ਆਜ਼ਾਦੀ ਦਿਵਸ ਮਨਾ ਰਹੇ ਹੈ, ਇਹ ਪਰਿਵਾਰਾਂ ਨੂੰ ਇੱਕ ਉਹ ਤੋਹਫਾ ਮਿਲੇ ਜੋ ਕਿ ਮਤਲਬ ਕਿ ਮੋਦੀ ਸਰਕਾਰ ਹੀ ਦੇ ਸਕਦੀ ਹੈ, ਹੋਰ ਕੋਈ ਨਹੀਂ। ਤੁਹਾਡੇ ਪਿਤਾ ਜੀ ਲਾਪਤਾ ਹੋਏ, ਮਤਲਬ ਤੁਹਾਨੂੰ ਵੀ ਸਰਕਾਰੀ ਸਹੂਲਤਾਂ ਮਿਲੀਆਂ? ਨਹੀਂ, ਇਕੱਲੀ ਪੈਨਸ਼ਨ ਮਿਲ ਰਹੀ ਹੈ ਜੀ ਓਨਲੀ, ਬਸ ਓਨਲੀ। ਸਰਕਾਰ ਨੇ ਸਰਕਾਰ ਨੇ ਸਿਰਫ ਮਤਲਬ ਕਿ ਸ਼ਹੀਦ ਕਰਾ ਦਿੱਤੇ ਹੋਏ ਨੇ, ਸ਼ਹੀਦ ਤੋਂ ਬਾਅਦ ਵੀ ਓਨਲੀ ਪੈਨਸ਼ਨ ਹੈ ਜੀ, ਹੋਰ ਇਹਦੇ ਵਿੱਚ ਕੋਈ ਹੈ ਜੀ ਸਾਨੂੰ? ਇਹ ਜਿਹੜੀ ਜੇਲ੍ਹ 'ਚ ਪਾਕਿਸਤਾਨ 'ਚ ਕੋਈ ਕੈਦੀ ਵਾਪਸ ਸੁੱਟ ਕੇ ਆਉਂਦੇ ਜੀ, ਉਹਨਾਂ ਤੋਂ ਅਸੀਂ ਕੰਟੈਕਟ ਕਰਦੇ ਹਾਂ, ਉਹ ਬੰਦੇ ਫੋਟੋਆਂ ਦੇਖ ਕੇ ਪਛਾਣ ਲੈਂਦੇ ਵੀ ਹਾਂ ਇਹ ਬੰਦਾ ਸਾਡੇ ਨਾਲ 2 ਮਹੀਨੇ ਰਿਹਾ ਜਾਂ 1 ਸਾਲ ਰਿਹਾ ਜਾਂ 2 ਸਾਲ ਰਹੇ ਜੀ ਇੱਦਾਂ। 15 ਅਗਸਤ ਠੀਕ ਹੈ ਜੀ, ਇਹਦੇ ਵਿੱਚ ਸਾਨੂੰ ਮਾਣ ਵੀ ਹੋ ਰਿਹਾ ਵੀ ਜਿੰਨੇ ਕੁ ਅਸੀਂ ਸਾਡੇ ਫਾਦਰ ਸਾਹਿਬ ਜਾਂ ਹੋਰ ਜੋ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀ ਬਦੌਲਤ ਹੈ ਜਿਸ ਆਜ਼ਾਦੀ ਦਾ ਨਿੱਘ ਮੰਨਦੇ ਹਾਂ, ਅਤੇ ਪਰ ਨਾਲ ਇਹ ਅਫਸੋਸ ਵੀ ਹੁੰਦਾ ਵੀ ਆਜ਼ਾਦੀ ਦਾ ਨਿੱਘ ਮੰਨਣ ਵਾਲੇ ਜਿਹੜੇ ਉਹਨਾਂ ਦੇ ਪਰਿਵਾਰ ਰੁੱਲ ਰਹੇ ਆ, ਅਤੇ ਜਾਂ ਜਿਵੇਂ ਉਹਨਾਂ ਦਾ ਪਤਾ ਵੀ ਸਾਨੂੰ ਸਾਡੇ ਫਾਦਰ ਸਾਹਿਬ ਬਾਹਰ ਬੈਠੇ ਅਤੇ ਪਾਕਿਸਤਾਨ ਜੇਲ੍ਹਾਂ 'ਚ ਕਹਿ ਰਹੇ ਨੇ ਵੀ ਉਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਹੋ ਰਹੀ ਜੀ।